ਵਾਹਿਗੁਰੂ 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 ਵਾਹਿਗੁਰੂ
नानक कहे सियाणिए नानक कहे सियाणिए इवकंत मिलावाहु कंत मिलावाहु नानक कहे सियाणिए नानक कहे सियाणिए इव कंत मिलावाहु Love.
कंत मिला हो। नानक कह नानक कहे सियाणिए।
ਸਤਿਗੁਰੂ ਸੱਚੇ ਪਾਤਸ਼ਾਹ ਮਹਾਨ ਬਖਸ਼ਿਸ਼ਾਂ ਦੇ ਮਹਾਨ ਕਿਰਪਾ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕੇ ਮਿਲ ਕੇ ਆਪਣੇ ਪਿਆਰੇ ਦੇ ਪਿਆਰ ਨੂੰ ਮਾਣ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਆਓ ਇਸ ਪ੍ਰੇਮ ਦੀ ਖਿੱਚ ਨੂੰ, ਇਸ ਪ੍ਰੇਮ ਦੀ ਗੰਢ ਨੂੰ ਹੋਰ ਪੀੜੀ ਕਰੀਏ, ਅਰਦਾਸ ਕਰੀਏ। ਮੂਹ ਲਾਲਨ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ। ਇਹ ਖਿੱਚ ਤੇਰੇ ਹੱਥ ਵਿੱਚ ਹੈ, ਤੂੰ ਖਿੱਚ ਪਾ ਕੇ ਬੁਲਾਇਆ ਹੈ। ਇਹ ਖਿੱਚ ਸਦਾ ਹੀ ਸਾਡੇ ਸੀਨੇ ਵਿੱਚ ਖਿੱਚੀ ਜਾਏ, ਐਸੀ ਬਖਸ਼ਿਸ਼ ਕਰ। ਆਓ ਭਾਵਨਾ ਬਣਾ ਕੇ ਸਾਰੀਆਂ ਸੰਗਤਾਂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ। ਚੱਲ ਰਹੇ ਗੁਰਮਤਿ ਸਮਾਗਮਾਂ ਦੇ ਦੂਸਰੇ ਦੀਵਾਨ ਅੰਦਰ ਬੜੀ ਸ਼ਰਧਾ ਪ੍ਰੇਮ ਸਤਿਕਾਰ ਭਾਵਨਾ ਲੈ ਕੇ ਆਪ ਸਾਰੀਆਂ ਸੰਗਤਾਂ ਹਾਜ਼ਰ ਹੋਏ ਹੋ। ਆਓ ਥੋੜ੍ਹੇ ਸਮੇਂ ਵਾਸਤੇ ਮਨ ਦੇ ਫੁਰਨਿਆਂ ਨੂੰ ਰੋਕਣ ਦਾ ਯਤਨ ਕਰੀਏ। ਇਕਾਗਰਤਾ ਦੀ ਦਾਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮੰਗੀਏ। ਵਿਚਾਰ ਦੀ ਰਮਤਾ ਤੋਂ ਪਹਿਲਾਂ ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਮਿਲ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਾਰੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਕੱਲ ਜਿਨ੍ਹਾਂ ਦਾ ਗੁਰਤਾ ਗੱਦੀ ਗੁਰਪੁਰਬ ਸੰਗਤ ਨੇ ਬੜੀ ਭਾਵਨਾ ਦੇ ਨਾਲ ਮਨਾਇਆ ਹੈ, ਉਹਨਾਂ ਦੇ ਮਹਾਨ ਪਵਿੱਤਰ ਜੀਵਨ ਵਿੱਚੋਂ ਕੁਝ ਝਲਕਾਂ ਆਪਾਂ ਮਾਣ ਰਹੇ ਹਾਂ, ਜਿਨ੍ਹਾਂ ਦੀ ਬਾਬਤ ਭੱਟ ਕਲ ਸਹਾਰ ਜੀ ਦੇ ਬੜੇ ਪਾਵਨ ਪਵਿੱਤਰ ਬਚਨ ਆਪਾਂ ਰੋਜ਼ ਪੜ੍ਹਦੇ ਹਾਂ। ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੂਵੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਕ ਧੋਵੈ। ਅਗਲੀਆਂ ਪੰਕਤੀਆਂ ਸਾਰੇ ਮਿਲ ਕੇ ਬੋਲਿਓ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ, ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਇਹ ਬਚਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਸੁਭਾ ਵਿੱਚ ਭੱਟ ਜੀ ਨੇ ਸਾਡੀ ਝੋਲੀ ਪਾਏ ਹਨ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੈ, ਆਪ ਜੀ ਦੀ ਦੇਖਣੀ ਅੰਮ੍ਰਿਤਮਈ ਹੈ, ਆਪ ਜੀ ਦੀ ਦੇਖਣੀ ਬੜੀ ਸ਼ੁਭ ਹੈ। ਜਿਹਦੇ ਵੱਲ ਆਪ ਜੀ ਦੇਖ ਲੈਂਦੇ ਹੋ ਉਹਦੇ ਸਾਰੇ ਹੀ ਪਾਪ ਆਪ ਜੀ ਹਰ ਲੈਂਦੇ ਹੋ। ਹਰ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਬੜੀ ਵਾਰੀ ਆਇਆ ਹੈ, ਪਰਮੇਸ਼ਰ ਨੂੰ ਵੀ ਇਸ ਨਾਮ ਨਾਲ ਸੰਬੋਧਨ ਕੀਤਾ ਗਿਆ ਹੈ। ਪੁਰਾਤਨ ਸੰਪਰਦਾਇ ਮਹਾਂਪੁਰਖ ਹਰ ਸ਼ਬਦ ਦੇ ਅਰਥ ਇਸ ਤਰ੍ਹਾਂ ਵੀ ਕਰਦੇ ਹੁੰਦੇ ਸੀ ਕਿ ਜਿਹੜਾ ਮਨੁੱਖ ਦੇ ਸਾਰੇ ਔਗਣਾਂ ਨੂੰ ਹਰ ਲੈਂਦਾ ਹੈ,
ਆਪ ਕੇ ਆਪਣੇ ਕੋਲ ਰੱਖ ਲੈਂਦਾ ਹੈ। ਔਗੁਣ ਲੈ ਕੇ ਗੁਣਾਂ ਦੀ ਦਾਤ ਦੇ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਦ੍ਰਿਸ਼ਟੀ ਵਿੱਚ ਐਸੀ ਬਖਸ਼ਿਸ਼ ਸਮਾਈ ਹੋਈ ਹੈ। ਆਪ ਜੀ ਜੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਨਜ਼ਰ ਪਾ ਦਿਓ ਤਾਂ ਜੀਵ ਦੇ ਸਾਰੇ ਹੀ ਪਾਪ ਆਪ ਜੀ ਹਰ ਲੈਂਦੇ ਹੋ, ਖੋਹ ਲੈਂਦੇ ਹੋ। ਜਿਹੜੇ ਪੰਜ ਵਿਕਾਰ ਜੀਵ ਨੂੰ ਆਪਣੇ ਵੱਸ ਵਿੱਚ ਕਰੀ ਰੱਖਦੇ ਹਨ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜੇ ਆਪ ਜੀ ਦੀ ਨਜ਼ਰ ਹੋਵੇ ਤਾਂ ਇਹ ਪੰਜੇ ਹੀ ਜਿਹੜੀਆਂ ਸ਼ਕਤੀਆਂ ਹਨ, ਤਾਕਤਾਂ ਹਨ, ਇਹ ਕੰਟਰੋਲ ਵਿੱਚ ਆ ਜਾਂਦੀਆਂ ਨੇ, ਬੈਲੈਂਸ ਵਿੱਚ ਆ ਜਾਂਦੀਆਂ ਨੇ, ਮੁੱਠੀ ਵਿੱਚ ਆ ਜਾਂਦੀਆਂ ਨੇ। ਕਾਮ ਕ੍ਰੋਧ ਯਾਰ ਲੋਭ ਮੋਹ ਬਸ ਕਰੈ ਸਭੈ ਬਾ, ਸਦਾ ਸੁੱਖ ਮਨ ਵਸੈ। ਇੱਕ ਸੁੱਖ ਹੁੰਦਾ ਥੋੜ੍ਹੇ ਮਿੰਟ ਦਾ, ਛਿਨ ਭੰਗਰ ਸੁੱਖ ਜਿਹਨੂੰ ਆਖਿਆ ਗਿਆ ਹੈ। ਘੜੀ ਦੋ ਘੜੀ ਦਾ ਸੁੱਖ ਹੈ, ਖਤਮ ਹੋ ਜਾਏਗਾ, ਮਿਟ ਜਾਏਗਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਿਹਦੇ ਉੱਤੇ ਆਪ ਜੀ ਦੀ ਨਜ਼ਰ ਹੋ ਜਾਵੇ ਉਹਦੇ ਹਿਰਦੇ ਵਿੱਚ ਸਦਾ ਦਾ ਸੁੱਖ ਵਸ ਜਾਂਦਾ ਹੈ। ਦੁੱਖ ਸੰਸਾਰ ਹੈ ਖੋਵੇ, ਉਹਨਾਂ ਦੇ ਜੀਵਨ ਵਿੱਚੋਂ ਸਦਾ ਵਾਸਤੇ ਦੁੱਖ ਮਿਟ ਜਾਂਦਾ ਹੈ। ਗੁਰੂ ਨਵਨਿਧ ਦਰੀਆਓ ਜਨਮ ਹਮ ਕਾਲਕ ਧੋਵੈ। ਹੇ ਸਤਿਗੁਰੂ ਜੀ, ਆਪ ਜੀ ਸਾਰੀਆਂ ਹੀ ਬਰਕਤਾਂ ਦੇ ਨਾਲ ਭਰੇ ਹੋਏ ਦਰਿਆ ਦੇ ਸਮਾਨ ਹੋ, ਜਿਹਦੇ ਵਿੱਚ ਸੁਰਤ ਦੁਆਰਾ ਇਸ਼ਨਾਨ ਕੀਤਿਆਂ ਜਨਮਾਂ ਜਨਮਾਂ ਦੀ ਕਾਲਕ ਧੁੱਪ ਜਾਂਦੀ ਹੈ। ਸੋ ਕਹੋ ਟਲ ਗੁਰ ਸੇਵੀਐ, ਅਹਿਨ ਇਸ ਸਹਿਜ ਸੁਭਾਏ। ਐਸੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਭੱਟ ਜੀ ਕਹਿ ਰਹੇ ਨੇ, ਚੇਤੇ ਕਰੋ, ਯਾਦ ਕਰੋ, ਸਿਮਰੋ, ਔਰ ਇਸ ਤਰ੍ਹਾਂ ਦੇ ਨਾਲ ਸਿਮਰੋ ਕਿ ਤੁਹਾਡੇ ਸੁਭਾਅ ਦਾ ਅੰਗ ਹੀ ਬਣ ਜਾਏ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਯਾਦ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਹਿਨ ਇਸ ਤੋਂ ਭਾਵ ਦਿਨੇ ਰਾਤ ਸਹਿਜ ਸੁਭਾਏ, ਆਟੋਮੈਟਿਕਲੀ ਆਪਣੇ ਆਪ ਕੁਦਰਤੀ ਸਤਿਗੁਰੂ ਦੀ ਯਾਦ ਆ ਜਾਏ। ਸੋ ਕਹੋ ਟਲ ਗੁਰ ਸੇਵੀਐ, ਅਹਿਨ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਹਿ, ਜਨਮ ਮਰਨ ਦੁੱਖ ਜਾਏ। ਜਿਹਦੇ ਦਰਸ਼ਨ ਕਰਕੇ ਜਨਮ ਅਤੇ ਮਰਨ ਦਾ ਦੁੱਖ ਚਲਾ ਜਾਂਦਾ ਹੈ। ਆਪਾਂ ਵਿਚਾਰ ਦੀ ਲੜੀ ਨੂੰ ਕੱਲ੍ਹ ਸੰਕੋਚਿਆ ਸੀ, ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਲ ਬਹੁਤ ਹੀ ਸੁਖਾਵੀ ਆਤਮਕ ਤਲ ਤੋਂ, ਰੂਹਾਨੀ ਤਲ ਤੋਂ, ਦਿਲ ਦੀ ਗਹਿਰਾਈ ਤੋਂ ਬਾਬਾ ਲਹਿਣਾ ਜੀ ਦੀ ਪਹਿਲੀ ਮੁਲਾਕਾਤ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਮਨ ਨਿਹਾਲ ਹੋ ਗਿਆ। ਅੰਦਰ ਭੁੱਖ ਹੋਵੇ ਨਾ ਗੁਰਮੁਖੋ, ਅਤੇ ਸੁੱਕੀ ਰੋਟੀ ਵੀ ਬੜੀ ਸਵਾਦ ਲੱਗਦੀ ਹੈ। ਭੁੱਖ ਨਾ ਹੋਵੇ ਤੇ 36 ਪ੍ਰਕਾਰ ਦੇ ਭੋਜਨ ਵੀ ਬੇਸਵਾਦੇ ਲੱਗਦੇ ਹਨ। ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਫਿਰ ਕੀ ਬਖਸ਼ਿਸ਼ ਵਰਤੀ। ਤਨ ਮਨ ਹੋਏ ਨਿਹਾਲ ਜਾਂ ਗੁਰਦੇਖਾ ਸਾਹਮਣੇ। ਅੰਦਰ ਨਿਹੇ ਸੀ, ਖਿੱਚ ਸੀ, ਤੜਪ ਸੀ, ਔਰ ਮੁਲਾਕਾਤ ਕਿਸ ਢੰਗ ਨਾਲ ਹੋਈ, ਮਿਲਾਪ ਕਿਸ ਢੰਗ ਨਾਲ ਹੋਇਆ, ਪਹਿਚਾਣ ਕਿਵੇਂ ਹੋਈ, ਦਰਸ਼ਨ ਕਿਵੇਂ ਹੋਏ। ਬਾਬਾ ਲਹਿਣਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਸੀਸ ਧਰਿਆ ਅਤੇ ਸੀਸ ਧਰਦਿਆਂ ਸਾਰ ਅੱਖਾਂ ਸਿਮ ਪਈਆਂ। ਧਿਆਨ ਦੇਣਾ ਗੁਰੂ ਕੀ ਸੰਗਤ, ਜਿਹੜੀਆਂ ਭਾਵਨਾਵਾਂ ਨੇ ਨਾ, ਭਾਵਨਾਵਾਂ ਜਨਮਾਂ ਜਨਮਾਂ ਦੀ ਕੀਤੀ ਹੋਈ ਕਮਾਈ, ਜਦੋਂ ਉਹ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਭੇਟ ਹੁੰਦੀ ਹੈ ਤੇ ਜਿਹੜੇ ਅੱਖੀਆਂ ਦੇ ਹੰਝੂ ਨੇ ਉਹ ਮੋਤੀਆਂ ਦੇ ਰੂਪ ਧਾਰਨ ਕਰਕੇ ਗੁਰੂ ਦੇ ਚਰਨਾਂ ਤੇ ਪ੍ਰਵਾਨ ਚੜ੍ਹ ਜਾਂਦੇ ਨੇ।
बाकी तो जो कुछ आप मत्था टेकते हैं गुरु का ही दिता हुआ वस्त्र मत्था टेक दिते रस्त भेट कर दिती गुरुद्वारा साहिब माया भेट कर दिती ये तो सब कुछ दिता ही उहदा है साड़ी अपनी कमाई की है की है जो जन्मा जन्मा तो साड़ी नाल ही तुरिया आउंदा है जे विचार करिए तो साडा अपना कुछ भी नहीं असल विच जदों साड़ी रूह नूं इस गल दा एहसास हुंदा है कि मैं किन्ने जन्मा तो बहुत कुछ अपना मन्नी बैठा सी अज जिहदे चरणां दे विच मेरा मस्तक टिकिया है मेरे सिर दा भांडा टिकिया है तां सब कुछ इसदा सी जदों सुरत इत्थे आ के इस भावना दे नाल अपने गुरु नूं नमस्कार करदी है ते फिर आप महारे ही अखियां दी बरसात प्रेम दे हंझू गुरु दे चरणां विच डुल पैंदे है। भाई लैणा जी हंझुआं दे नाल अखां भर के सतगुरु दे चरणां ते मस्तक धर के नमस्कार करदे ने। धन गुरु नानक देव सच्चे पातशाह जी कहिंदे तेरा नाम की है देखियो बड़े प्यारे बचन ने आपां गुरुद्वारा साहब जाके अपना नाम उच्चा करना चाहते हैं लभदे हाँ परमात्मा का नाम पर चाहते हाँ कि साडा भी नाम होवे ये दो गल्लां कट्ठियां हो ही नहीं सकदियां जदों तक बंदा यह चाहता है कि मेरा नाम होवे उन्नी देर तक परमात्मा का नाम तेरे नाल नहीं होएगा क्योंकि हौमै की विरती है हौमै नावै नाल विरोध है दोए ना वसै एक ठाए हौमै विच सेवा ना हो गई ता मन बिरथा जाए दोनों विचों एक चीज होंदी है जां रात जां दिन दिन दे आउंदिया ही रात किते होर चली जाती है रात दे आउंदिया ही दिन किते होर चला जाता है नाम दे आउंदिया ही हौमै बंदे दे जीवन विचों बाहर चली जाती है ते हौमै दे जांदिया ही नाम अंदर वस जाता है सारी संगत बोलो सतनाम श्री वाहिगुरू धन गुरु नानक देव सच्चे पातशाह जी मोढ़ा पलोसते हुए प्यार देंदे हुए कहिंदे ने रोंदा क्यों है सच्चे पातशाह गुस्ताखी हो गई मैं घोड़े ते चढ़ के आया आप जी तुर के आए कहिंदे चल अपना नाम दस अगली गल बात कर दें सच्चे पातशाह परिवार ने मापिया ने नाम रखिया है लैणा ते धन गुरु नानक देव सच्चे पातशाह जी कहिंदे फिर कहदा रोना तू लैणा है ते मैं देना है तेनू पता है लैण वाले बड़ा हक रख के आउंदे ने लैण वास्ते घोड़े ते चढ़ के आउंदे ने जिन्हें देना होवे वो कई बारी अगों लैण वास्ते भी चला जाता है इस करके अपने मन दे विच ख्याल ना कर बस इको ही वचन कीता गुरु नानक देव सच्चे पातशाह जी ने इको ही वचन तू लैणा ते मैं देना है इको ही वचन दे बदले बाबा लैणा जी गुरु नानक साहब सच्चे पातशाह जी दे चरणा तो निशावर हो गए आपां ते बहुत बाणी पढ़ी बड़े पाठ किए हैं बड़ी सेवा की है पर मन नहीं तैयार होया कि आपां अपने आप नूं गुरु दे सामने वेच दईए जिन्हां ने विकना है ना गुरमुखो उन्हां वास्ते ते इको ही वचन काफी है इको ही वचन विकन तो बिना गल नहीं बननी साडा जिहड़ा मन है ना जन्मां जन्मात्रां तो इस तरह का सुभाव बना चुका है
ਟਿਕਦਾ ਨਹੀਂ, ਸ਼ਾਂਤ ਨਹੀਂ ਹੁੰਦਾ, ਦੁਖੀ ਹੈ, ਭਟਕਦਾ ਹੈ। ਪਹਿਲਾਂ ਵੀ ਵਿਚਾਰ ਕਈ ਵਾਰੀ ਆਪ ਜੀ ਨੇ ਸੁਣਿਆ ਹੋਣਾ, ਜਿਹੜੀ ਚੀਜ਼ ਠੀਕ ਹੋ ਹੀ ਨਹੀਂ ਸਕਦੀ ਧਿਆਨ ਦੇਣਾ। ਜੇ ਸਾਡੀ ਗੱਡੀ ਵਿੱਚ ਕੋਈ ਇੱਦਾਂ ਦਾ ਨੁਕਸ ਪੈ ਜਾਏ, ਆਪਾਂ ਬਹੁਤ ਵਾਰੀ ਉਹਨੂੰ ਠੀਕ ਕਰਾਈਏ, ਉਹ ਠੀਕ ਨਾ ਹੋਵੇ ਤਾਂ ਆਪਾਂ ਕੀ ਫੈਸਲਾ ਕਰਦੇ ਹਾਂ, ਇਹ ਨਹੀਂ ਠੀਕ ਹੋ ਸਕਦੀ, ਇਹਨੂੰ ਹੁਣ ਵੇਚ ਦੇਣਾ ਹੀ ਚੰਗਾ ਹੈ। ਘਰ ਦੇ ਵਿੱਚ ਕੋਈ ਨੁਕਸ ਪੈ ਜਾਏ, ਛੱਤ ਲੀਕ ਹੋ ਜਾਏ ਜਾਂ ਹੋਰ ਕੋਈ ਵੱਡੀ ਦਿੱਕਤ ਆ ਜਾਏ, ਉਹ ਠੀਕ ਨਾ ਹੋ ਸਕੇ ਤਾਂ ਆਪਾਂ ਕਹਿੰਦੇ ਹਾਂ ਇਹਨੂੰ ਰੱਖ ਕੇ ਕੀ ਕਰਨਾ, ਇਹਨੂੰ ਵੇਚ ਕੇ ਹੋਰ ਨਵਾਂ ਬਣਾ ਲਈਏ। ਉਹ ਗੁਰਮੁਖਾ, ਜੇ ਸਾਰੇ ਕੰਮ ਕਰਕੇ ਤੇਰਾ ਮਨ ਅਜੇ ਤੱਕ ਠੀਕ ਨਹੀਂ ਹੋਇਆ, ਤੂੰ ਕਿਤਾਬਾਂ ਪੜ੍ਹ ਕੇ ਵੀ ਸੁਧਰਿਆ ਨਾ, ਤੂੰ ਗਿਆਨ ਲੈ ਕੇ ਵੀ ਸੁਧਰਿਆ ਨਾ, ਤੂੰ ਧਰਮ ਦੇ ਕਰਮ ਕਰਕੇ ਵੀ ਸੁਧਰ ਨਾ ਸਕਿਆ, ਤੇਰੇ ਵਿੱਚ ਸੁਧਾਈ ਨਾ ਹੋ ਸਕੀ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਕੰਮ ਕਰ, ਇਹਨੂੰ ਨਾ ਸੁਧਰਨ ਵਾਲੀ ਚੀਜ਼ ਨੂੰ ਆਪਣੇ ਕੋਲ ਰੱਖ ਹੀ ਨਾ, ਇਹ ਮੈਨੂੰ ਦੇ ਦੇ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ, ਸਾਰੇ ਬੋਲਿਓ ਪਿਆਰ ਨਾਲ ਤਿੰਨ ਹਿੱਸਿਆਂ ਵਿੱਚ, ਪਹਿਲਾਂ ਦਾਸ, ਫਿਰ ਸਾਰੇ ਵੀਰ, ਤੀਸਰੇ ਹਿੱਸੇ ਵਿੱਚ ਭੈਣਾਂ ਨੂੰ ਵੀ ਬੇਨਤੀ, ਸਾਰੇ ਹਾਜ਼ਰੀ ਲਵਾਇਓ, ਕੋਈ ਰਸਨਾ ਬਾਂਝੀ ਨਾ ਰਹੇ ਜੀ। ਕੀ ਕਹਿੰਦੇ ਨੇ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਮਨ ਬੇਚੈ ਸਤਿਗੁਰ ਕੈ ਪਾਸ, ਮਨ ਬੇਚੈ ਸਤਿਗੁਰ ਕੈ ਪਾਸ, ਮਨ ਬੇਚੈ ਮਨ ਬੇਚੈ ਸਤਿਗੁਰ ਕੈ ਪਾਸ, ਮਨ ਬੇਚੈ ਸਤਿਗੁਰ ਕੈ ਪਾਸ, ਮਨ ਬੇਚੈ ਮਨ ਬੇਚੈ। ਸੇਵਕ ਜੋ ਰਹੇ, ਸੋਚਿਆ ਤੇ ਸੀ ਕਿ ਵਿਚਾਰ ਨੂੰ ਜਲਦੀ ਜਲਦੀ ਅੱਗੇ ਲਿਜਾ ਕੇ ਗੁਰ ਤਖ਼ਤ ਦੀ ਦਿਵਸ ਤੱਕ ਲੈ ਕੇ ਜਾਈਏ। ਧਿਆਨ ਦੇਣਾ ਗੁਰੂ ਕੀ ਸੰਗਤ। ਇੱਕ ਉਹ ਯਾਤਰੀ ਹੈ ਜਿਹੜਾ ਮਜਬੂਰ ਹੋ ਕੇ ਯਾਤਰਾ ਕਰਦਾ ਹੈ, ਸਮਝੋ ਬੇਨਤੀ, ਉਹਨੇ ਸਮਾਂ ਨਿਸ਼ਚਿਤ ਕੀਤਾ ਹੈ, ਉਹਨੇ ਕਿਲੋਮੀਟਰ ਸਾਰੇ ਨੋਟ ਕੀਤੇ ਹਨ,
ਸਮਾਂ ਸੂਚੀ ਤਿਆਰ ਕੀਤੀ ਹੈ। ਇੰਨੇ ਘੰਟਿਆਂ ਵਿੱਚ ਕਾਰ ਵਿੱਚ ਬੈਠ ਕੇ ਫਲਾਣੀ ਥਾਂ 'ਤੇ ਮੈਂ ਪਹੁੰਚ ਜਾਣਾ ਹੈ। ਇੱਕ ਉਹ ਯਾਤਰੀ ਹੈ ਜਿਹਨੇ ਆਪਣਾ ਟਿਕਾਣਾ ਤੇ ਚੁਣ ਲਿਆ ਹੈ, ਡੈਸਟੀਨੇਸ਼ਨ ਤਾਂ ਉਹਨੇ ਤੈਅ ਕਰ ਲਈ ਕਿ ਮੈਂ ਫਲਾਣੀ ਥਾਂ 'ਤੇ ਪਹੁੰਚਣਾ ਹੈ। ਪਰ ਜਦੋਂ ਤੁਰਦਾ ਹੈ, ਥੋੜ੍ਹੀ ਦੇਰ ਚੱਲਦਾ ਹੈ, ਰੁਕ ਜਾਂਦਾ ਹੈ, ਚੱਲਦਾ ਹੈ, ਰੁਕ ਜਾਂਦਾ ਹੈ, ਉਹਨੂੰ ਪੁੱਛਿਆ ਜਾਏ ਵੀ ਤੂੰ ਜਾਣਾ ਤੇ ਹੈ, ਰੁਕਦਾ ਕਿਉਂ ਹੈ, ਉਹ ਪਤਾ ਕੀ ਜਵਾਬ ਦੇਗਾ? ਕਹਿੰਦਾ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਕੁਦਰਤ ਦੇ ਨਜ਼ਾਰੇ ਮੈਨੂੰ ਰੋਕਦੇ ਨੇ, ਮੈਂ ਦੇਖਦਾ ਜਾਣਾ ਚਾਹੁੰਦਾ ਹਾਂ। ਪਰਮਾਤਮਾ ਦੀ ਸਾਜੀ ਹੋਈ ਦੁਨੀਆ, ਉਹਦੀ ਬਣਾਈ ਹੋਈ ਸ੍ਰਿਸ਼ਟੀ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਹਰ ਪੱਤੇ ਦਾ ਵੱਖਰਾ ਰੰਗ, ਵੱਖਰਾ ਆਕਾਰ, ਵੱਖਰਾ ਰੂਪ, ਵੱਖਰਾ ਸਰੂਪ ਹੈ, ਤੇ ਪਤਾ ਨਹੀਂ ਜੀਵਨ ਵਿੱਚ ਫਿਰ ਮੌਕਾ ਮਿਲੇ ਜਾਂ ਨਾ ਮਿਲੇ। ਇਸ ਰਸਤਿਓਂ ਮੁੜ ਕੇ ਲੰਘਾਂ ਜਾਂ ਨਾ ਲੰਘਾਂ, ਕਿਉਂ ਨਾ ਜਾਂਦਾ ਜਾਂਦਾ ਹਰ ਇੱਕ ਨਜ਼ਾਰੇ ਨੂੰ ਆਪਣੇ ਅੰਦਰ ਵਸਾ ਜਾਵਾਂ। ਇਸੇ ਤਰ੍ਹਾਂ ਹੀ ਪਿਆਰਿਓ, ਜਦੋਂ ਬਾਣੀ ਦਾ ਪਾਠ ਕਰਦੇ ਹੋ, ਕਈ ਵਾਰੀ ਤੁਹਾਡੀ ਅੰਦਰ ਦੀ ਅਵਸਥਾ ਦੇ ਨਾਲ ਮੇਲ ਖਾਂਦੀਆਂ ਇੱਦਾਂ ਦੀਆਂ ਪੰਕਤੀਆਂ ਆ ਜਾਂਦੀਆਂ ਨੇ। ਹਰ ਇੱਕ ਦੀ ਆਪਣੀ ਆਪਣੀ ਅਵਸਥਾ ਹੈ, ਜਿਹੜੀਆਂ ਤੁਹਾਨੂੰ ਖਿੱਚ ਲੈਂਦੀਆਂ, ਰੋਕ ਲੈਂਦੀਆਂ। ਜੀ ਕਰਦਾ ਹੈ ਕਿ ਇਹਨਾਂ ਨੂੰ ਵਾਰ ਵਾਰ ਪੜ੍ਹਾਂ। ਇਹ ਜੋ ਕੁਝ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲ ਰਹੇ ਨੇ, ਇਹ ਤੇ ਮੇਰੇ ਬਾਰੇ ਹੀ ਬੋਲ ਰਹੇ ਨੇ, ਮੇਰੇ ਨਾਲ ਹੀ ਗੱਲ ਕਰ ਰਹੇ ਨੇ। ਸੋ ਇਦਾਂ ਵਾਪਰਦਾ ਹੈ, ਵਾਪਰਨਾ ਚਾਹੀਦਾ ਵੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕੋ ਹੀ ਬਚਨ ਕਰਦੇ ਨੇ, ਇੱਕੋ ਹੀ ਬਚਨ, ਔਰ ਉਸ ਇੱਕ ਬਚਨ ਦੇ ਬਦਲੇ ਬਾਬਾ ਲਹਿਣਾ ਜੀ ਵਿਕਣ ਵਾਸਤੇ ਤਿਆਰ ਹੋ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਆਉਂਦਾ ਹੈ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ। ਮੇਰੇ ਮਾਲਕ ਨੇ ਮੈਨੂੰ ਮੁੱਲ ਖਰੀਦ ਲਿਆ। ਇੱਕ ਤੇ ਨੌਕਰੀ ਹੁੰਦੀ ਨਾ ਗੁਰਮੁਖੋ, ਕਿ ਇੰਨੇ ਕੁ ਘੰਟੇ ਮੈਂ ਤੇਰੀ ਆਗਿਆ ਵਿੱਚ ਰਹਿਣਾ, ਬਾਕੀ ਦੇ ਘੰਟੇ ਮੈਂ ਆਪਣੀ ਮਰਜ਼ੀ ਕਰਾਂਗਾ, ਧਿਆਨ ਦੇਣਾ। ਇੰਨੇ ਕੁ ਘੰਟੇ ਮੈਂ ਤੇਰੇ ਹੁਕਮ ਵਿੱਚ ਚੱਲਾਂਗਾ, ਉਸ ਤੋਂ ਬਾਅਦ ਵਾਲਾ ਜਿਹੜਾ ਸਮਾਂ ਹੈ ਮੈਂ ਉਹ ਆਪਣੀ ਮਰਜ਼ੀ ਨਾਲ ਗੁਜ਼ਾਰਾਂਗਾ। ਪਰ ਜਿਹੜਾ ਬੰਦਾ ਮੁੱਲ ਹੀ ਵਿਕ ਗਿਆ, ਉਹਦੇ ਦਿਨ, ਉਹਦੀਆਂ ਰਾਤਾਂ, ਉਹਦੇ ਹਰ ਇੱਕ ਸਵਾਸ ਦੇ ਉੱਤੋਂ ਉਹਦੀ ਆਪਣੀ ਮਰਜ਼ੀ ਚੁੱਕੀ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਮੇਰੇ ਮਾਲਕ ਨੇ ਮੈਨੂੰ ਮੁੱਲ ਖਰੀਦ ਲਿਆ। ਹੁਣ ਦੁਨੀਆ ਦੀ ਮੰਡੀ ਵਿੱਚ ਬਹੁਤੇ ਮਨੁੱਖ ਵਿਕੇ ਹੋਏ ਦਿਖਾਈ ਦਿੰਦੇ ਆ, ਧਿਆਨ ਦੇਣਾ। ਹਰ ਬੰਦਾ ਹੀ ਵਿਕਿਆ ਹੋਇਆ, ਕਿਉਂਕਿ ਇਹ ਸੰਸਾਰ ਨੂੰ ਬਜ਼ਾਰ ਆਖਿਆ ਬਾਣੀ ਨੇ। ਕੋਈ ਮਾਇਆ ਪਿੱਛੇ ਵਿਕ ਚੁੱਕਾ ਹੈ, ਕੋਈ ਵਡਿਆਈ ਪਿੱਛੇ ਵਿਕ ਚੁੱਕਾ ਹੈ, ਕੋਈ ਚੌਧਰ ਪਿੱਛੇ ਵਿਕ ਚੁੱਕਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਨੂੰ ਵੀ ਖਰੀਦਣ ਵਾਲਾ ਇੱਕ ਮਿਲ ਗਿਆ, ਅਤੇ ਮੈਂ ਸੋਚਿਆ ਕਿ ਜੇ ਬਾਜ਼ਾਰ, ਇਹ ਸੰਸਾਰ ਇੱਕ ਮੰਡੀ ਹੈ, ਤਾਂ ਕਿਉਂ ਨਾ ਮੈਂ ਵੀ ਆਪਣੇ ਆਪ ਨੂੰ ਵੇਚ ਦਿਆਂ। ਅਤੇ ਮੈਂ ਸਤਿਗੁਰੂ ਵਣਜਾਰੇ ਦੇ ਕੋਲ ਜਾ ਕੇ, ਸਤਿਗੁਰੂ ਸਾਹ ਦੇ ਕੋਲ ਜਾ ਕੇ, ਸੁਦਾਗਰ ਦੇ ਕੋਲ ਜਾ ਕੇ ਆਪਣਾ ਆਪਾ ਰੱਖ ਦਿੱਤਾ। ਅਤੇ ਮੇਰੇ ਸਤਿਗੁਰੂ ਨੇ ਕੀਤਾ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ। ਜਿਹੜੇ ਲੋਕ ਦੁਨੀਆਂ ਦੇ ਪਿੱਛੇ ਵਿਕ ਗਏ, ਉਹਨਾਂ ਨੇ ਆਪਣਾ ਦੀਨ ਗਵਾ ਲਿਆ, ਪਰ ਸੱਚ ਜਾਣਿਓ, ਜਿਹੜੇ ਗੁਰੂ ਦੇ ਦਰ ਤੇ ਜਾ ਕੇ ਆਪਣੇ ਆਪੇ ਨੂੰ ਵੇਚ ਦਿੰਦੇ ਨੇ, ਉਹ ਦੁਨੀਆਂ ਤੇ ਸਭ ਤੋਂ ਸੁਭਾਗੇ ਬਣ ਗਏ, ਵੱਡੇ ਭਾਗਾਂ ਵਾਲੇ ਹੋ ਗਏ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵਿਕਣਾ ਹੈ ਤੇ ਗੁਰੂ ਦੇ ਬਚਨਾਂ ਤੇ ਵਿਕੀਏ। ਗੁਰ ਕੀ ਬਚਨੀ ਹਾਟ ਬਿਕਾਨਾ,
जित लाया तित लागा। गुरु दे बचना दे बदले गुरु दी सच दी हट्टी दे उते जाके मैं अपने आप दा सौदा कर दिता। धन गुरु नानक देव सच्चे पातशाह जी ने बचन कीते लैणे आ रो ना तू लैणा है मैं देना है। बस इको ही बचन दे विच ओ गल आख दित्ती गुरु नानक देव सच्चे पातशाह जी ने जिहदी व्याख्या सदियां तक आपां करदे रहीए पर मुकम्मल नहीं हो सकदी। सारी संगत बोलो सतनाम श्री वाहिगुरू। किसी शायर ने बड़ा सुंदर लिखा है, दो हिचकियों में कह गया बोल के नहीं आखे। जो बंदा बहुत ही डूंघाई विच जाके रोंदा ना उस तो बाद हिचकी शुरू हो जाती। हिचकी दो हिचकियों में कह गया कोई राजे दिल अपने दिल की व्याख्या दो हिचकियां दे विच कोई कह गया। लोग सदियों तक उसकी गुफ्तगू करते रहे। जेड़ा राज जेड़ा भेद गुरु ने एक पल दे विच दे दिता अपने प्यारे नूं सदियां बतीत हो गई दुनिया उहदी व्याख्या करदी आ रही है। ते ज्यों ज्यों बाबा लहणा अते गुरु नानक देव सच्चे पातशाह जी की मुलाकात की गल आउंदी है सानू अज भी यह प्रतीत हुंदा है कि ओ सामने गुरु नानक देव सच्चे पातशाह जी बैठे ने ते बाबा लहणा जी मत्था टेक रहे ने। सारी संगत बोलो सतनाम श्री वाहिगुरू। तस्वीरां नूं किवें हटा लोगे गुरु किवें हटा लोगे तुसीं? रंगां दीआं तस्वीरां नूं हटा सकदे आं आपां पर दिल ते बन्न वालीआं तस्वीरां नूं कौन हटाएगा? जदों गुरु नानक देव सच्चे पातशाह जी दीआं साखियां पढ़ोगे बाबा लहणा जी का जीवन पढ़ोगे तुहाडे अंदर कुछ तस्वीरां अपने आप ही बननियां शुरू हो जाणगीआं। भावें वह तस्वीरां हर एक दे अंदर वक्खो वक्खरियां बनन पर कुछ अहसास कुछ फोटवां कुछ तस्वीरां अपने आप ही हिरदे की दीवार ते उकरियां जांदियां हन। धन गुरु नानक देव सच्चे पातशाह जी ने जदों यह वचन कीता उसे समय बाबा लहणा जी ने अपने मन दे नाल फैसला कर लिया। बस फैसला करना बड़ा औखा है गुरु को। इस फैसला ना करन वाली बिरती नूं ही दुबदा आख्या है बाणी ने। आपां सब कुछ छड्ड दिता पर दुबदा नहीं छड्डी गई साडे तों। एक पासा नहीं कीता गया साडे तों, एक पासा करना पैना गुरमुखो। जां ते नाम वाला पासा फड़ लो ते जां निंदिया वाला फड़ लो, दो काम इकट्ठे ना करो खेड़ खराब हो जानी है। जां नाम वाला पासा फड़ लवो जां निंदिया वाला पासा फड़ लवो, जां ते गुरु दी मन लवो ते जां अपने मन दी मन लवो जिहड़ा हुजतां करदा है। गुरु ने एक गल आखी सारे पढ़िओ ते समझिओ इशारे नूं, कोई रसना बांधी ना रहे जी। सत संगत कैसी जानिए, सत संगत कैसी जानिए, सत संगत कैसी जानिए, सत संगत कैसी जानिए। सारे बोलो जी संगत कैसी जानिए, सत संगत कैसी जानिए, कैसी जानिए, सत संगत कैसी जानिए। को नाम बखानी
संगत कैसी जानिए, सत संगत कैसी जानिए, सत संगत कैसी जानिए, सत संगत कैसी जानिए। सत संगत कैसी जानिए, जिथे एको नाम बखाणिए, एको नाम हुक्म है, नानक सतगुरु दिया बजाए जी। जो गल ही हुक्म दी कर दी, फिर सवाल क्यों, गुंजायश ही खत्म हो गई। फरमान तेरा सिरे उपर, फिर ना करत विचार। बाकी गल्लां विचारियां जा सकदियां ने, पर जिथे गल हुक्म दी आ गई उथे फुल स्टॉप लग गया। धन गुरु नानक देव सच्चे पातशाह जी दे चरणां दे विच सेवक बन के बाबा लहणा जी ने रहना शुरू करता। रहना आप आते हाँ तुर जाते हैं, गुरु के कोल रहिए। गुरु के कोल रहना यह नहीं कि गुरुद्वारे रहिए, गुरु के कोल रहिए। सच्चे पातशाह आया सी, कला सी,
ਚੱਲਿਆ ਹਾਂ ਤੂੰ ਨਾਲ ਚੱਲ। ਜਿਸ ਘਰ 'ਚ ਮੇਰੇ ਬੱਚੇ ਰਹਿ ਸਕਦੇ ਨੇ ਤੂੰ ਨਹੀਂ ਰਹਿ ਸਕਦਾ। ਜਿੱਥੇ ਮੇਰੀ ਮਾਂ ਮੇਰਾ ਪਿਤਾ ਰਹਿੰਦਾ ਹੈ ਤੂੰ ਵੀ ਮੇਰੇ ਨਾਲ ਰਹਿ, ਕਿਉਂਕਿ ਤੂੰ ਬੇਗਾਨਾ ਥੋੜ੍ਹੀ ਹੈ। ਜੇ ਬੇਗਾਨਾ ਹੁੰਦਾ ਤਾਂ ਹਰ ਰੋਜ਼ ਮੈਂ ਕਿਉਂ ਕਹਿੰਦਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਆਪਾਂ ਚਾਹੁੰਦੇ ਹਾਂ ਕਿ ਗੁਰੂ ਗੁਰਦੁਆਰੇ 'ਚ ਰਹੇ, ਬਸ ਗੁਰਦੁਆਰੇ ਤੋਂ ਬਾਹਰ ਨਾ ਰਹੇ, ਸਾਡੇ ਨਾਲ ਸਦਾ ਗੁਰੂ ਦੇ ਨਾਲ ਰਹਿਣਾ, ਗੁਰੂ ਦੇ ਕੋਲ ਰਹਿਣਾ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪ ਸਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਰਿਧੈ ਸਦ ਧਿਆਵੈ, ਮਨ ਸਤਿਗੁਰ ਕੈ ਪਾਸ ਤੇ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਗੁਰ ਕੀ ਮਤ ਤੋਂ ਲੇ ਯਾਨੇ ਭਗਤ ਬਿਨਾ ਬਹੁਤ ਡੂਬੇ ਸਿਆ। ਬਾਬਾ ਲਹਿਣਾ ਜੀ ਦਾ ਜੀ ਲੱਗ ਗਿਆ ਗੁਰੂ ਦੇ ਚਰਨਾਂ ਵਿੱਚ। ਜਿਵੇਂ ਆਪਾਂ ਆਪਣੇ ਬੱਚੇ ਨੂੰ ਕਿਤੇ ਭੇਜ ਦਈਏ ਨਾ ਰਿਸ਼ਤੇਦਾਰੀ ਵਿੱਚ, ਕਿਸੇ ਮਿੱਤਰ ਕੋਲ, ਦੋਸਤ ਕੋਲ, ਦੋ ਦਿਨ ਚਾਰ ਦਿਨ ਵਾਸਤੇ, ਉਹ ਮੁੜੇ ਨਾ ਅਤੇ ਆਪਾਂ ਕਹਿੰਦੇ ਹਾਂ ਬੇਟਾ ਆ ਜਾ ਹੁਣ ਘਰ ਵੱਲ, ਉਹ ਜਵਾਬ ਦਿੰਦਾ ਕਈ ਵਾਰੀ ਭਾਵੇਂ ਮਾਪੇ ਬੁਲਾ ਰਹੇ ਨੇ, ਜਨਮ ਦੇਣ ਵਾਲੇ ਬੁਲਾ ਰਹੇ ਨੇ, ਉਹ ਬੱਚਾ ਜਵਾਬ ਦਿੰਦਾ ਹੈ, ਕਹਿੰਦਾ ਜਿੱਥੇ ਮੈਨੂੰ ਭੇਜਿਆ ਉੱਥੇ ਮੇਰਾ ਜੀ ਲੱਗ ਗਿਆ, ਥੋੜ੍ਹਾ ਸਮਾਂ ਹੋਰ ਰਹਿਣ ਦਿਓ, ਮੇਰਾ ਜੀ ਲੱਗ ਗਿਆ, ਮੇਰਾ ਮਨ ਲੱਗ ਗਿਆ। ਬਸ ਗੁਰਮੁਖੋਂ ਗੱਲ ਬਣ ਜਾਣੀ ਹੈ ਜਦੋਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਸਾਡਾ ਜੀ ਲੱਗਣ ਲੱਗ ਗਿਆ। ਜੀ ਨਹੀਂ ਲੱਗਦਾ ਅਜੇ, ਤਾਂ ਹੀ ਤਾਂ ਇੰਨਾ ਕੁਝ ਕਰਨਾ ਪੈਂਦਾ ਜੀ ਲਾਉਣ ਵਾਸਤੇ। ਬੜੀਆਂ ਉਦਾਹਰਨਾਂ ਦੇਣੀਆਂ ਪੈਂਦੀਆਂ, ਬੜੇ ਐਗਜ਼ਾਮਪਲ ਦੇਣੇ ਪੈਂਦੇ ਹੈ, ਬੜੇ ਤਰ੍ਹਾਂ ਦੇ ਲੰਗਰ ਬਣਾਉਣੇ ਪੈਂਦੇ ਹੈ, ਬੜੇ ਵੱਡੇ ਇੰਤਜ਼ਾਮ ਕਰਨੇ ਪੈਂਦੇ ਆ, ਕਾਹਦੇ ਵਾਸਤੇ ਕਿ ਸਾਡਾ ਗੁਰੂ ਦੇ ਚਰਨਾਂ ਵਿੱਚ ਜੀ ਲੱਗ ਜੇ। ਬਸ ਜਿਸ ਦਿਨ ਜੀ ਲੱਗ ਗਿਆ ਨਾ ਗੁਰਮੁਖੋ ਜੀ, ਬਿਸ ਜਿਹੜੀ ਹੈ ਦੂਰੀ ਦੀ ਬਿਸ ਜ਼ਹਿਰ, ਇਹ ਮਨ ਵਿੱਚੋਂ ਉਤਰ ਗਈ, ਮਿਲਾਪ ਦਾ ਅੰਮ੍ਰਿਤ ਮਿਲ ਗਿਆ, ਫਿਰ ਭਾਈ ਬਿਧੀ ਚੰਦ ਦੀ ਤਰ੍ਹਾਂ ਆਪਾਂ ਵੀ ਆਖਾਂਗੇ ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, 6 ਮਹੀਨਿਆਂ ਬਾਅਦ ਤਨ ਢੱਕਣ ਵਾਸਤੇ ਇੱਕ ਚੋਲਾ ਦੇ ਦੇਈ, ਲੰਗਰ ਵਿੱਚੋਂ ਰੁੱਖਾ ਮਿੱਸਾ ਭੋਜਨ ਦੇ ਦੇਈ। ਆਹ ਜਿਹੜੀ ਜਵਾਨੀ ਜਿਹਦੇ 'ਤੇ ਕਦੇ ਮੈਂ ਮਾਣ ਕਰਦਾ ਹੁੰਦਾ ਸੀ, ਅੱਜ ਤੋਂ ਬਾਅਦ ਇਹ ਜਵਾਨੀ ਤੇਰੇ ਲੇਖੇ ਹੈ, ਜਿੱਥੇ ਮਰਜ਼ੀ ਜਿੱਥੇ ਤੇਰਾ ਜੀ ਕਰੇ ਉੱਥੇ ਇਹਨੂੰ ਵਰਤ ਲਈ, ਹੁਣ ਤੇਰੇ ਚਰਨਾਂ ਵਿੱਚ ਮੇਰਾ ਜੀ ਲੱਗ ਗਿਆ। ਮੋਹੇ ਮਛਲੀ ਤੁਮ ਨੀਰ, ਤੁਝ ਬਿਨ ਕਿਉਂ ਸਰੈ, ਮੋਹੇ ਚਾਤਰਿਕ ਤੁਮ ਬੂੰਦ, ਤ੍ਰਿਪਤੋ ਮੁਖ ਪਰੈ। ਆਓ ਵਿਚਾਰ ਦੀ ਲੜੀ ਨੂੰ ਕੱਲ੍ਹ ਇੱਥੋਂ ਹੀ ਫਿਰ ਆਪਾਂ ਆਰੰਭ ਕਰਾਂਗੇ। ਹੋਈਆਂ ਸਰਬੱਤ ਭੁੱਲਾਂ ਦੀ ਸੰਗਤ ਨੇ ਖਿਮਾ ਕਰ ਦੇਣੀ, ਸਮਾਂ ਆਗਿਆ ਨਹੀਂ ਦੇ ਰਿਹਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਵੱਧ ਚੜ੍ਹ ਕੇ ਆਉਣ ਵਾਲੇ ਸਮਾਗਮਾਂ ਵਿੱਚ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇੱਥੇ ਵਰਤ ਰਹੀਆਂ ਅਨੰਤ ਬਖਸ਼ਿਸ਼ਾਂ ਦੇ ਪਾਤਰ ਬਣਨ ਦਾ ਯਤਨ ਕਰੀਏ। ਸਾਰੀਆਂ ਸੰਗਤਾਂ ਦਾ, ਪ੍ਰਬੰਧਕ ਜਨਾਂ ਦਾ ਔਰ ਗੁਰੂ ਘਰ ਦੇ ਕੀਰਤਨੀਆਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੁਟਾਨਕੋਟ ਸ਼ੁਕਰਾਨਾ ਹੈ, ਜਿਨ੍ਹਾਂ ਨੇ ਬਣਤ ਬਣਾਈ, ਆਪ ਸੰਗਤ ਦੇ ਦਰਸ਼ਨ ਅਤੇ ਸੇਵਾ ਬਖਸ਼ਿਸ਼ ਕੀਤੀ ਹੈ। ਆਓ ਕੋਈ ਰਸਨਾ ਵਾਂਝੀ ਨਾ ਰਹੇ, ਆਨੰਦ ਸਾਹਿਬ ਜੀ ਦੇ ਕੀਰਤਨ ਨਾਲ ਜੁੜੀਏ। ਅਰਦਾਸ ਹੁਕਮਨਾਮਾ ਸਾਹਿਬ ਸੰਪੂਰਨ ਸਮਾਪਤੀ ਉਪਰੰਤ ਫਿਰ ਜਾਣ ਦੀ ਖੇਚਲਾ ਕਰਨੀ, ਸਾਰੇ ਪੜ੍ਹੋ ਜੀ ਪਿਆਰ ਨਾਲ। ਰਾਮ ਕਲੀ ਮਹੱਲਾ ਤੀਜਾ ਆਨੰਦ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਮੈਂ ਪਾਇਆ ਸਹਿਜ।